ਉਸ ਨੂੰ ਪ੍ਰੇਮ ਦੀਆਂ ਦੋ ਹਾਲਤਾਂ ਹਨ ਇੱਕ ਲਵ ਐਜ਼ ਅ ਰਿਲੇਸ਼ਨਸ਼ਿਪ ਪ੍ਰੇਮ ਇੱਕ ਸਬੰਧ ਦੀ ਤਰ੍ਹਾਂ ਤੇ ਇੱਕ ਪ੍ਰੇਮ ਐਜ਼ ਅ ਸਟੇਟ ਆਫ ਮਾਈਂਡ ਪ੍ਰੇਮ ਮਨ ਦੀ ਹਾਲਤ ਦੀ ਤਰ੍ਹਾਂ ਪਹਿਲੇ ਪ੍ਰੇਮ ਵਿੱਚ ਅਸੀਂ ਪੁੱਛਦੇ ਹਾਂ ਕਿਸ ਨਾਲ ਜੇਕਰ ਮੈਂ ਤੁਹਾਨੂੰ ਕਹਾਂ ਕਿ ਮੈਂ ਪ੍ਰੇਮ ਕਰਦਾ ਤੁਸੀਂ ਪੁੱਛੋਗੇ ਕਿਸ ਨਾਲ ਤੇ ਮੈਂ ਜੇ ਕਰੇ ਕਾ ਇਹਦਾ ਕੋਈ ਸਵਾਲ ਨਹੀਂ ਮੈਂ ਬਸ ਪ੍ਰੇਮ ਕਰਦਾ ਤਾਂ ਤੁਹਾਨੂੰ ਦਿੱਕਤ ਹੋਏਗੀ ਪਰ ਦੂਜੀ ਗੱਲ ਹੀ ਸਮਝਣ ਦੀ ਹੈ ਉਹੀ ਆਦਮੀ ਪ੍ਰੇਮ ਕਰਦਾ ਜੋ ਬਸ ਪ੍ਰੇਮ ਕਰਦਾ ਹੈ ਕਿਸ ਤਾ ਕੋਈ ਸਵਾਲ ਨਹੀਂ ਕਿਉਂਕਿ ਜੋ ਆਦਮੀ ਕਿਸੇ ਨਾਲ ਪ੍ਰੇਮ ਕਰਦਾ ਹੈ ਉਹ ਬਾਕੀਆਂ ਨਾਲ ਕੀ ਕਰੇਗਾ ਉਹ ਬਾਕੀਆਂ ਦੇ ਪ੍ਰਤੀ ਘਿਰਨਾ ਨਾਲ ਭਰਿਆ ਹੋਏਗਾ ਜੋ ਆਦਮੀ ਕਿਸੇ ਦਾ ਧਿਆਨ ਕਰਦਾ ਹੈ ਉਹ ਬਾਕੀਆਂ ਦੇ ਪ੍ਰਤੀ ਕੀ ਕਰੇਗਾ ਬਾਕੀਆਂ ਦੇ ਪ੍ਰਤੀ ਮੁਰਛਾ ਨਾਲ ਕਿਰਿਆ ਹੋਏਗਾ ਅਸੀਂ ਜਿਸ ਧਿਆਨ ਦੀ ਗੱਲ ਕਰ ਰਹੇ ਹਾਂ ਉਹ ਕਿਸੇ ਦਾ ਧਿਆਨ ਨਹੀਂ ਹੈ ਉਹ ਧਿਆਨ ਦੀ ਇੱਕ ਹਾਲਤ ਹੈ ਹਾਲਤ ਦਾ ਮਤਲਬ ਇਹ ਹੈ ਧਿਆਨ ਦਾ ਮਤਲਬ ਕਿਸੇ ਨੂੰ ਚੇਤੇ 'ਚ ਨਹੀਂ ਲਿਆਉਣਾ ਧਿਆਨ ਦਾ ਮਤਲਬ ਜੋ ਸਭ ਸਾਡੇ ਚੇਤੇ 'ਚ ਹਨ ਉਹਨਾਂ ਨੂੰ ਗਿਰਾਹ ਦੇਣਾ ਤੇ ਇੱਕ ਹਾਲਤ ਲਿਆਉਣੀ ਹੈ ਕਿ ਸਿਰਫ ਚੇਤਨਾ ਮਾਤਰ ਰਹਿ ਜਾਏ ਸਿਰਫ ਕੌਨਸ਼ੀਅਸਨੈਸ ਮਾਤਰ ਰਹਿ ਜਾਏ ਸਿਰਫ ਅਵੇਅਰਨੈਸ ਮਾਤਰ ਰਹਿ ਜਾਏ ਤਾਂ